ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ। ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਸਿਨੇਮੈਟਿਕ ਸ਼ੋਰਟਸ ਤੁਸੀਂ ਦੇਖ ਹੀ ਚੁੱਕੇ ਹੋ, ਸਪਲੈਂਡਰ, ਡੀਲਕਸ, ਪਲੈਟੀਨਾ, ਪਲਸਰ ਸਾਰਾ ਕੁਛ ਆਪਣੇ ਕੋਲ ਖੜਾ ਵਾ, ਠੀਕ ਹੈ ਜੀ। 15,000 ਰੁਪਇਆ ਸਟਾਰਟਿੰਗ ਰੇਂਜ ਹੈ, ਠੀਕ ਹੈ ਜੀ। 12-15,000 ਰੁਪਏ ਦੀ ਸਟਾਰਟਿੰਗ ਰੇਂਜ ਹੈ। ਗੱਲ ਕਰੀਏ ਤਾਂ ਜੀ, ਇਸ ਟਾਈਮ ਖੜਾ ਮੈਂ ਮੋਗੇ ਦੀ ਮਾਰਕੀਟ 'ਚ, ਡੀਲਰ ਨਾਲ ਗੱਲ ਕਰਾਉਣਾ, ਤੁਹਾਡਾ ਇੰਟਰੋਡਕਸ਼ਨ ਵੀ ਕਰਾਉਣਾ ਵੀ ਕਿਹੜੇ ਡੀਲਰ ਕੋਲ ਅੱਜ ਖੜਾ ਮੈਂ, ਠੀਕ ਹੈ ਜੀ। ਤੇ ਦੂਸਰੀ ਗੱਲ ਕਰੀਏ, ਇਸ ਵੀਡੀਓ ਨੂੰ ਮੈਂ 2 ਪਾਰਟ 'ਚ ਡਿਵਾਈਡ ਕਰ ਰਿਹਾ, ਕਿਉਂਕਿ 50 ਤੋਂ ਪਲੱਸ ਜਿਹੜਾ ਸਟਾਕ ਹੈ। ਹੁਣ ਆਪਾਂ ਕਰਦੇ ਹਾਂ ਡੀਲਰ ਨਾਲ ਗੱਲਬਾਤ, ਵੀਡੀਓ ਨੂੰ ਕਰਦੇ ਸਟਾਰਟ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਵੀਰ ਜੀ, ਵਿਊਵਰਸ ਨੂੰ ਆਪਣਾ ਇੰਟਰੋਡਕਸ਼ਨ ਦਿਓ। ਹਾਂਜੀ, ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਠੀਕ ਹੈ। ਕੁਕਰੀਆ ਟੂ ਡੀਲ ਸਾਡੀ ਮੰਡੀ, ਮਤਲਬ ਦੁਕਾਨ ਦਾ ਨਾਂ ਹੈਗਾ, ਠੀਕ ਹੈ ਜੀ। ਪੱਕਾ ਦਸਾਂਜ ਰੋਡ ਮੋਗਾ। ਪੱਕਾ ਦਸਾਂਜ ਰੋਡ ਮੋਗਾ ਜੀ। ਤੇ ਵੀਰ ਜੀ, ਕੀ ਦਿਖਾ ਰਹੇ ਹੋ ਅੱਜ ਆਪਣੇ ਵਿਊਵਰਸ ਨੂੰ? ਸਾਡੇ ਕੋਲ ਸਰ ਆਏ ਆ ਵੀ 15,000 ਤੋਂ ਲੈ ਕੇ ਸਟਾਰਟ ਹੈ ਸਕੂਟੀਆਂ, ਬਾਈਕ ਜੋ ਵੀ ਤੁਸੀਂ ਲੈ ਸਕਦੇ ਆ, ਠੀਕ ਹੈ ਜੀ। ਉਹ ਕਾਗਜ਼ ਪੱਤਰਾਂ ਦੀ ਸਾਡੀ ਗਰੰਟੀ ਹੈ ਸਰ, ਕੋਈ ਐਕਸੀਡੈਂਟ ਨਹੀਂ ਹੋਊਗਾ, ਉਸ ਦੀ ਜ਼ਿੰਮੇਵਾਰੀ ਸਾਡੀ ਹੈ, ਠੀਕ ਹੈ। ਤੇ ਭਾਜੀ, ਜਿਹੜਾ ਪੇਪਰ ਵਰਕ ਉਹ ਸਾਰਾ ਤੁਸੀਂ ਕਰਵਾ ਕੇ ਦਿੰਦੇ ਹੋ ਜਾਂ? ਬਿਲਕੁਲ ਬਿਲਕੁਲ ਸਰ, ਐਂ ਆ ਵੀ ਅਸੀਂ ਸਾਡਾ ਮਤਲਬ ਜੋ ਵੀ ਡਾਕੂਮੈਂਟਸ ਹੈਗੇ ਆ, ਅਸੀਂ ਐਫੀਡੇਵਿਟ ਵਗੈਰਾ, ਬੰਦੇ ਦੀ ਆਈ ਡੀ, ਉਹ ਸਾਰਾ ਕੁਛ ਦਿੰਦੇ ਹਾਂ। ਸੋ ਪੇਪਰ ਵਰਕ ਸਾਰਾ ਪੂਰਾ ਕਰਵਾ ਕੇ ਦੇਣਗੇ, ਉਸ ਤੋਂ ਇਲਾਵਾ ਜਿਹੜਾ ਤੁਸੀਂ ਨਾਮ ਕਰਵਾਉਣਾ ਉਹ ਖਰਚਾ ਅਲੱਗ, ਤੇ ਬਾਕੀ ਜਿਹੜਾ ਪ੍ਰੋਸੈਸ ਆ ਤੁਸੀਂ ਖੁਦ ਕਰਵਾਉਣਾ। ਪੇਪਰ ਵਰਕ ਤੁਹਾਨੂੰ ਪੂਰੇ ਦੇਣਗੇ, ਪੇਪਰ ਵਰਕ 'ਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਸੋ ਇੱਕ ਕਰਕੇ ਜਿਹੜੀ ਬਾਈਕ 'ਚ ਡਿਟੇਲ ਆ ਤੁਹਾਨੂੰ ਦਿਖਾਉਣੀਆਂ ਮੈਂ ਸ਼ੁਰੂ ਕਰ ਦਵਾਂ। ਸੋ ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਸਪਲੈਂਡਰ, ਡੀਲਕਸ, ਤੁਸੀਂ ਦੇਖ ਸਕਦੇ ਹੋ ਬੁਲੇਟ, ਅਪਾਚੀ, ਪਲਸਰ, ਸਾਰੇ ਮੋਟਰਸਾਈਕਲ ਖੜੇ ਨੇ, ਠੀਕ ਹੈ ਜੀ। ਇੱਧਰ ਆਪਣੇ ਕੋਲ ਸਪਲੈਂਡਰ ਦੀ ਦੂਰ ਤੱਕ ਲਾਈਨ ਲੱਗੀ ਹੋਈ ਹੈ, ਉਸ ਤੋਂ ਅੱਗੇ ਆਪਣੇ ਕੋਲ ਐਕਟਿਵਾ ਖੜੀ ਹੈ, ਇੱਧਰ ਆਪਣੇ ਕੋਲ ਪਲੈਟੀਨਾ, ਸਪਲੈਂਡਰ, ਡੀਲਕਸ, ਸਾਰੇ ਹੀ ਮਾਡਲ ਖੜੇ ਨੇ। ਸੋ ਮੈਂ ਸਭ ਤੋਂ ਪਹਿਲਾਂ ਅੱਜ ਵੀਡੀਓ ਦਾ ਹੈਗਾ ਜੀ ਫਸਟ ਪਾਰਟ, ਇਹ ਜਿਹੜਾ ਸਾਰਾ ਸਟੋਕ ਹੈ ਸੈਕਿੰਡ ਪਾਰਟ 'ਚ, ਠੀਕ ਹੈ ਜੀ। ਅਪਾਚੀ, ਪਲਸਰ ਸਾਰਾ ਇਹ ਸੈਕਿੰਡ ਪਾਰਟ 'ਚ ਰਹੇਗਾ। ਅੱਜ ਮੈਂ ਤੁਹਾਨੂੰ ਸਪਲੈਂਡਰ, ਡੀਲਕਸ ਜਿਹੜਾ ਸਾਰਾ ਉਹ ਕਵਰ ਕਰ ਰਿਹਾ ਜੀ। ਗੱਲ ਕਰੀਏ ਬਾਈਕ ਦੀ ਡਿਟੇਲ ਦੀ, ਤਾਂ ਨੰਬਰ ਹਰੇਕ ਬਾਈਕ ਉੱਤੇ ਲੱਗੇ ਹੋਏ ਨੇ, ਧਿਆਨ ਨਾਲ ਦੇਖ ਲਿਓ, ਠੀਕ ਹੈ ਜੀ। ਬੋਲਣ ਲੱਗੇ ਕਈ ਵਾਰ ਗਲਤੀ ਹੋ ਜਾਂਦੀ। ਸੋ ਵੀਰ, ਮੇਰੇ ਸਾਰੇ ਪ੍ਰਾਈਸ, ਮਾਡਲ ਸਾਰਾ ਕੁਝ ਦੇਖ ਲਿਓ। ਸਭ ਤੋਂ ਪਹਿਲੇ ਬਾਈਕ ਦੀ ਗੱਲ ਕਰਦੇ ਜੀ, ਆਪਣੇ ਕੋਲ ਸਪਲੈਂਡਰ ਖੜਾ, ਮਾਡਲ ਉੱਪਰ ਹੈ, ਪ੍ਰਾਈਜ਼ ਨੀਚੇ ਹੈ, ਠੀਕ ਹੈ ਜੀ। 2017 ਮਾਡਲ ਹੈ, 48,000 ਕਿਲੋਮੀਟਰ ਚੱਲਿਆ ਹੋਇਆ, PB39 ਲੋਕਲ ਨੰਬਰ ਹੈ, ਠੀਕ ਹੈ ਜੀ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਇਸ ਤੋਂ ਅੱਗੇ ਆਪਣੇ ਕੋਲ ਹੈਗਾ ਜੀ, ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਮੀਟਰ ਦੀ, ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਕਾਫੀ ਹੱਦ ਤੱਕ ਸਾਰੇ ਬਾਈਕ ਦੇ ਮੀਟਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ, ਠੀਕ ਹੈ ਜੀ। ਮੀਟਰ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਇਸ ਤੋਂ ਅੱਗੇ ਗੱਲ ਕਰੀਏ ਤਾਂ ਜੀ, ਆਪਣੇ ਕੋਲ ਖੜਾ 2016 ਮਾਡਲ, 47,000 ਰੁਪਏ, 47,000 ਰੁਪਏ ਡਿਮਾਂਡ ਹੈ, PB08 ਜਲੰਧਰ ਦਾ ਨੰਬਰ ਹੈ, ਬਲੈਕ ਕਲਰ ਦੇ ਵਿੱਚ ਸਪਲੈਂਡਰ ਹੈ ਜੀ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਗੱਲ ਕਰੀਏ ਜੀ ਮੀਟਰ ਦੀ ਤਾਂ ਜੀ, ਕੋਸ਼ਿਸ਼ ਕਰਦਾ ਕਿਉਂਕਿ ਬਾਈਕ ਥੋੜ੍ਹਾ ਜਿਹਾ ਕੰਜਸਟਿਡ ਖੜੇ ਨੇ, ਦਿਖਾਣੇ ਔਖੇ ਹੋ ਜਾਂਦੇ ਨੇ ਕਿਸੇ ਟਾਈਮ, ਤੁਸੀਂ ਬਾਈਕ ਦਾ ਮੀਟਰ ਚੈੱਕ ਕਰ ਸਕਦੇ ਹੋ। ਇਸ ਤੋਂ ਅੱਗੇ ਆਪਣੇ ਕੋਲ ਖੜਾ ਜੀ PB39 ਲੋਕਲ ਨੰਬਰ, 2015 ਮਾਡਲ, 45,000 ਰੁਪੀਜ਼ ਜਿਹੜੀ ਇਹਦੀ ਡਿਮਾਂਡ ਹੈ। ਪ੍ਰਾਈਜ਼ ਜਿਹੜੇ ਮੌਕੇ ਤੇ ਨੈਗੋਸ਼ੀਏਟ ਹੋ ਜਾਣਗੇ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਸਿਲਵਰ ਕਲਰ ਦੇ ਵਿੱਚ ਬੜਾ ਹੀ ਪਿਆਰਾ ਰੰਗ ਹੈ, ਬਹੁਤ ਡਿਮਾਂਡ ਅੱਜ ਕੱਲ੍ਹ ਸਿਲਵਰ ਕਲਰ ਦੀ। ਮੀਟਰ ਦੀ ਰੀਡਿੰਗ ਜਿਹੜੀ ਤੁਸੀਂ ਉਹ ਚੈੱਕ ਕਰ ਸਕਦੇ ਹੋ। ਇਸ ਤੋਂ ਅੱਗੇ ਆਪਣੇ ਕੋਲ ਹੈਗਾ ਜੀ PB32 ਨੰਬਰ, 2015 ਮਾਡਲ, 45,000 ਰੁਪੀਜ਼ ਜਿਹੜੀ ਇਹਦੀ ਡਿਮਾਂਡ ਹੈ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਗੱਲ ਕਰੀਏ ਤੇ ਮੀਟਰ ਦੀ ਜੀ, ਮੀਟਰ ਤੁਸੀਂ ਚੈੱਕ ਕਰ ਸਕਦੇ ਹੋ। ਇਸ ਤੋਂ ਅੱਗੇ ਹੈਗਾ ਜੀ ਆਪਣੇ ਕੋਲ 2013 ਮਾਡਲ, 38,500, 38,500 ਰੁਪੀਜ਼ ਡਿਮਾਂਡ ਹੈ। ਪ੍ਰਾਈਜ਼ ਜਿਹੜੇ ਮੌਕੇ ਤੇ ਨੈਗੋਸ਼ੀਏਟ ਹੋ ਜਾਣਗੇ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਜੀ PB10 ਲੁਧਿਆਣਾ ਦਾ ਨੰਬਰ ਹੈ, ਮਾਡਲ ਦੀ ਗੱਲ ਕਰੀਏ ਤਾਂ 2011 ਮਾਡਲ ਹੈ, 32,000 ਰੁਪੀਜ਼ ਜਿਹੜੀ ਇਹਦੀ ਆਸਕਿੰਗ ਪ੍ਰਾਈਜ਼ ਹੈ। ਬਲੈਕ ਕਲਰ ਦੇ ਵਿੱਚ ਜਿਹੜਾ ਸਪਲੈਂਡਰ ਆਪਣੇ ਕੋਲ ਖੜਾ ਹੈ। ਇਸ ਤੋਂ ਅੱਗੇ ਜੀ ਆਪਣੇ ਕੋਲ ਹੈਗਾ PB10 ਲੁਧਿਆਣਾ ਦਾ ਨੰਬਰ ਹੈ, 2010 ਮਾਡਲ ਹੈ, 30,000 ਰੁਪਇਆ ਜਿਹੜੀ ਇਹਦੀ ਡਿਮਾਂਡ ਹੈ ਐਕਸਟਰਾ ਤੋਂ। ਇਹਦੇ ਵਿੱਚ ਜਿਹੜੀ ਪ੍ਰੋਜੈਕਟਰ ਲਾਈਟ ਹੈ ਉਹ ਲੱਗੀ ਹੋਈ ਹੈ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਲੈਕ ਕਲਰ ਦੇ ਵਿੱਚ ਬਹੁਤ ਹੀ ਅੱਛੀ ਕੰਡੀਸ਼ਨ 'ਚ ਜਿਹੜੀ ਬਾਈਕ ਆ ਉਹ ਖੜੀ ਹੈ। ਮੀਟਰ ਦੀ ਗੱਲ ਕਰੀਏ ਤਾਂ ਜੀ, ਤੁਸੀਂ ਮੀਟਰ ਵੀ ਚੈੱਕ ਕਰ ਸਕਦੇ ਹੋ, ਠੀਕ ਹੈ ਜੀ। ਇਸ ਤੋਂ ਇਲਾਵਾ ਅਗਰ ਆਪਾਂ ਅੱਗੇ ਗੱਲ ਕਰੀਏ ਤਾਂ ਜੀ ਆਪਣੇ ਕੋਲ ਖੜਾ ਹੈ 2009 ਮਾਡਲ, 28,000 ਰੁਪੀਜ਼ ਡਿਮਾਂਡ ਹੈ, PB10 ਲੁਧਿਆਣਾ ਦਾ ਨੰਬਰ ਹੈ, ਠੀਕ ਹੈ ਜੀ। ਬਾਈਕ ਦੀ ਜਿਹੜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ, ਬਲੈਕ ਕਲਰ ਦੇ ਵਿੱਚ ਸਪਲੈਂਡਰ, 2009 ਮਾਡਲ, 28,000 ਰੁਪੀਜ਼ ਜਿਹੜੀ ਇਹਦੀ ਡਿਮਾਂਡ ਹੈ। ਇਸ ਤੋਂ ਅੱਗੇ ਆਪਣੇ ਕੋਲ ਆ ਰਿਹਾ ਜੀ 2009 ਮਾਡਲ, ਅਗੇਨ 28,000 ਰੁਪੀਜ਼ ਪ੍ਰਾਈਸ, PB10 ਲੁਧਿਆਣਾ ਦਾ ਨੰਬਰ, ਬਾਈਕ ਦੀ ਕੰਡੀਸ਼ਨ ਤੁਹਾਡੇ ਸਾਹਮਣੇ।
ਬਲੈਕ ਕਲਰ ਦੇ ਵਿੱਚ ਜਿਹੜਾ ਸਪਲੈਂਡਰ ਆ ਉਹ ਖੜਾ ਵਾ, ਬਹੁਤ ਹੀ ਸਾਫ਼ ਸੁਥਰੀ ਤੇ ਮਿੰਟ ਕੰਡੀਸ਼ਨ ਚ ਆਪਾਂ ਕਹਿ ਸਕਦੇ PB10 ਲੁਧਿਆਣਾ ਦਾ ਲੋਕਲ ਨੰਬਰ ਹੈ, ਠੀਕ ਹੈ ਜੀ। ਇਸ ਤੋਂ ਅੱਗੇ ਹੈਗੇ ਜੀ ਆਪਣੇ ਕੋਲ PB48 ਮਾਡਲ ਦੀ ਗੱਲ ਕਰੀਏ 2007 27,500 ਰੁਪੀਸ ਜਿਹੜੀ ਇਹਦੀ ਡਿਮਾਂਡ ਹੈ। ਸਿਲਵਰ ਕਲਰ ਦੇ ਵਿੱਚ ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਮਿੰਟ ਕੰਡੀਸ਼ਨ ਚ, ਜਿਹੜੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਜਿਹੜੀ ਬਾਈਕ ਹੈ ਉਹ ਖੜੀ ਹੈ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਜੀ ਆਪਣੇ ਕੋਲ ਹੈਗਾ ਵਾ 2012 ਮਾਡਲ 33,000 ਰੁਪੀਸ ਜਿਹੜੀ ਡਿਮਾਂਡ ਹੈ, CD ਡੀਲਕਸ PB19 ਨੰਬਰ, ਬਲੈਕ ਤੇ ਰੈੱਡ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਮਿੰਟ ਕੰਡੀਸ਼ਨ ਦੇ ਵਿੱਚ ਜਿਹੜੀ ਬਾਈਕ ਆ ਉਹ ਖੜੀ ਹੈ। ਇਸ ਤੋਂ ਅੱਗੇ ਗੱਲ ਕਰੀਏ ਜੀ ਆਪਣੇ ਕੋਲ ਖੜਾ 2012 ਮਾਡਲ 33,000 ਰੁਪੀਸ ਆਸਕਿੰਗ ਪ੍ਰਾਈਜ਼ ਹੈ, PB10 ਲੁਧਿਆਣਾ ਦਾ ਨੰਬਰ ਹੈ, ਬਲੈਕ ਤੇ ਸਿਲਵਰ ਬਲੂ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਜਿਹੜੀ ਬਾਈਕ ਆ ਉਹ ਖੜੀ ਹੈ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਮਿੰਟ ਕੰਡੀਸ਼ਨ 'ਚ ਬਾਈਕ ਜਿਹੜੀ ਖੜੀ ਹੈ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਖੜਾ ਜੀ 2012 ਮਾਡਲ 33,000 ਰੁਪੀਸ ਆਸਕਿੰਗ ਪ੍ਰਾਈਸ, PB29 ਲੋਕਲ ਨੰਬਰ, ਬਲੈਕ ਤੇ ਸਿਲਵਰ ਕਲਰ ਦੇ ਵਿੱਚ, ਠੀਕ ਹੈ ਜੀ, ਸਿਲਵਰ ਬਲੂ ਕਲਰ ਦਾ ਕੰਬੀਨੇਸ਼ਨ ਆ, ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਇਸ ਤੋਂ ਅੱਗੇ ਆਪਣੇ ਕੋਲ ਹੈਗਾ ਜੀ PB10 ਲੁਧਿਆਣਾ ਦਾ ਨੰਬਰ, ਬਲੈਕ ਤੇ ਰੈੱਡ ਸਿਲਵਰ ਕਲਰ ਦੇ ਕੰਬੀਨੇਸ਼ਨ ਦੇ ਵਿੱਚ 2013 ਮਾਡਲ 36,000 ਰੁਪੀਸ ਜਿਹੜੀ ਇਹਦੀ ਆਸਕਿੰਗ ਪ੍ਰਾਈਜ਼ ਹੈ, ਬਲੈਕ ਦੇ ਵਿੱਚ ਰੈੱਡ ਤੇ ਗ੍ਰੇ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਜਿਹੜੀ ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ 'ਚ ਬਾਈਕ ਜਿਹੜੀ ਖੜੀ ਹੈ, ਠੀਕ ਹੈ ਜੀ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਆਪਣੇ ਕੋਲ ਖੜਾ 2015 ਮਾਡਲ 2015 ਮਾਡਲ 36,500 ਰੁਪੀਸ ਜਿਹੜੀ ਡਿਮਾਂਡ ਹੈ, PB29 ਲੋਕਲ ਨੰਬਰ ਹੈ, ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਅੱਛੀ ਕੰਡੀਸ਼ਨ ਦੇ ਵਿੱਚ ਜਿਹੜੀ ਬਾਈਕ ਆ ਉਹ ਖੜੀ ਹੈ, ਠੀਕ ਹੈ ਜੀ, ਬਹੁਤ ਹੀ ਮਿੰਟ ਕੰਡੀਸ਼ਨ ਦੇ ਵਿੱਚ ਖੜੀ ਹੈ। ਗੱਲ ਕਰੀ ਦੁਬਾਰਾ ਪ੍ਰਾਈਜ਼ ਦੀ ਤਾਂ 2015 ਮਾਡਲ 36,500 ਜਿਹੜੀ ਇਹਦੀ ਡਿਮਾਂਡ ਹੈ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਜੀ ਆਪਣੇ ਕੋਲ ਹੈ 2016 ਮਾਡਲ 43,000 ਰੁਪੀਸ ਡਿਮਾਂਡ, CD ਡੀਲਕਸ PB29 ਲੋਕਲ ਨੰਬਰ, ਐਕਸਟਰਾ ਤੋਂ ਬਲੈਕ ਕਲਰ ਦੇ ਜਿਹੜੇ ਅਲੋਇਜ਼ ਦੇ ਨਾਲ, ਬਲੈਕ ਦੇ ਵਿੱਚ ਰੈੱਡ ਗ੍ਰੇ ਕਲਰ ਦਾ ਕੰਬੀਨੇਸ਼ਨ, ਬਹੁਤ ਹੀ ਮਿੰਟ ਕੰਡੀਸ਼ਨ 'ਚ ਜਿਹੜੀ ਬਾਈਕ ਹੈ ਉਹ ਖੜੀ ਹੈ, ਤੁਸੀਂ ਦੇਖ ਸਕਦੇ ਹੋ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਜੀ ਆਪਣੇ ਕੋਲ ਖੜੀ ਹੈ ਐਕਟਿਵਾ 2019 ਮਾਡਲ 68,000 ਰੁਪੀਸ ਡਿਮਾਂਡ, PB69 ਨੰਬਰ, ਠੀਕ ਹੈ ਜੀ, ਵਾਈਟ ਕਲਰ ਦੇ ਵਿੱਚ, ਬਹੁਤ ਹੀ ਬ੍ਰੈਂਡ ਨਿਊ ਕੰਡੀਸ਼ਨ, ਠੀਕ ਹੈ ਜੀ। ਗੱਲ ਕਰੀਏ ਮੀਟਰ ਦੀ ਤਾਂ ਜੀ, ਸੋਰੀ ਮੀਟਰ ਇਹਦਾ ਬੰਦ ਹੈ, ਆਪਾਂ ਚੈੱਕ ਕਰ ਲੈਂਦੇ ਹਾਂ ਜੀ। ਮੀਟਰ ਦੀ ਗੱਲ ਕਰੀਏ ਤਾਂ ਜੀ 8,000 ਕਿਲੋਮੀਟਰ ਜਿਹੜੀ ਉਹ ਚੱਲੀ ਹੋਈ ਹੈ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਖੜੀ ਹੈ ਜੀ ਗ੍ਰੇ ਕਲਰ ਦੀ ਐਕਟਿਵਾ, ਠੀਕ ਹੈ ਜੀ, PB10 ਲੁਧਿਆਣਾ ਦਾ ਨੰਬਰ, ਮਾਡਲ ਦੀ ਗੱਲ ਕਰੀਏ 2011 ਮਾਡਲ ਹੈ, 28,000 ਰੁਪੀਸ ਜਿਹੜੀ ਇਹਦੀ ਆਸਕਿੰਗ ਪ੍ਰਾਈਜ਼ ਹੈ, ਗ੍ਰੇ ਕਲਰ ਦੇ ਵਿੱਚ, ਬਹੁਤ ਹੀ ਮਿੰਟ ਕੰਡੀਸ਼ਨ ਜਿਹੜੀ ਸਕੂਟੀ ਆ ਉਹ ਖੜੀ ਹੋਈ ਹੈ, ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਜੀ ਆਪਣੇ ਕੋਲ ਖੜੀ ਹੋਂਡਾ ਦੀ ਐਵੀਏਟਰ 2012 ਮਾਡਲ, 28,500 ਡਿਮਾਂਡ, ਵਾਈਟ ਦੇ ਵਿੱਚ ਗ੍ਰੇ ਕਲਰ ਦਾ ਕੰਬੀਨੇਸ਼ਨ, ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ। ਜਿਹੜੇ ਬਾਈਕ ਦੇ ਪ੍ਰਾਈਜ਼ ਨੇ ਉਹ ਨੈਗੋਸ਼ੀਏਟ ਰਹਿਣਗੇ, ਸੋ ਤੁਸੀਂ ਆਪਣਾ ਕੇ ਬਾਈਕ ਦੀ ਜਿਹੜੀ ਡੀਲਿੰਗ ਉਹ ਕਰ ਸਕਦੇ ਹੋ, ਆ ਕੇ ਜੀ ਚੀਜ਼ ਦੇਖੋ, ਟਰਾਈ ਲਓ, ਫਿਰ ਤੁਸੀਂ ਬਾਏ ਕਰੋ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਖੜੀ ਹੋਈ ਪਲੇਜ਼ਰ ਗ੍ਰੇ ਕਲਰ ਦੇ ਵਿੱਚ 2009 ਮਾਡਲ, 23,000 ਰੁਪੀਸ ਜਿਹੜੀ ਇਹਦੀ ਆਸਕਿੰਗ ਪ੍ਰਾਈਜ਼, ਬਾਈਕ ਦੀ ਕੰਡੀਸ਼ਨ, ਸੋਰੀ ਸਕੂਟੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਜਿਹੜੀ ਸਕੂਟੀ ਆ ਉਹ ਖੜੀ ਹੈ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਜੀ ਆਪਣੇ ਕੋਲ ਹੈ 2008 ਮਾਡਲ, 20,000 ਆਸਕਿੰਗ ਪ੍ਰਾਈਜ਼, ਗ੍ਰੇ ਕਲਰ ਦੇ ਵਿੱਚ ਐਕਟਿਵਾ, ਪੁਰਾਣੇ ਮਾਡਲ ਦੀ। ਜੇ ਕੋਈ ਸਿੱਖਣਾ ਚਾਹੁੰਦਾ ਤਾਂ ਉਹ ਇਹ ਚੀਜ਼ ਲੈ ਸਕਦਾ, ਜਿਵੇਂ ਆਪਣੇ ਘਰ ਲੇਡੀਜ਼ ਸਿੱਖਣਾ ਚਾਹੁੰਦੀਆਂ, ਜੇ ਕਈ ਵਾਰ ਬੱਚਿਆਂ ਨੇ ਸਿੱਖਣਾ ਹੁੰਦਾ ਜਾਂ ਸਕੂਲ ਜਾਣਾ ਹੁੰਦਾ, ਤਾਂ ਚੀਪ ਐਂਡ ਬੈਸਟ ਤੁਹਾਨੂੰ ਇਹ ਮਿਲ ਸਕਦੀ ਹੈ। 2008 ਮਾਡਲ 20,000 ਰੁਪੀਸ ਜਿਹੜੀ ਦੀ ਡਿਮਾਂਡ ਹੈ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਜੀ ਆਪਣੇ ਕੋਲ ਹੈ 2008 ਮਾਡਲ, ਅਗੇਨ 18,000 ਰੁਪੀਸ ਜਿਹੜੀ ਡਿਮਾਂਡ ਹੈ, PB43 ਨੰਬਰ ਹੈ, ਠੀਕ ਹੈ ਜੀ। ਸਕੂਟੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਹੋਂਡਾ ਦੀ ਐਵੀਏਟਰ, ਠੀਕ ਹੈ ਜੀ। ਗੱਲ ਕਰੀਏ ਇਹਦੇ ਮੀਟਰ ਦੀ ਤਾਂ ਜੀ ਅਪਰੋਕਸੀਮੇਟ 17,500 ਕਿਲੋਮੀਟਰ ਜਿਹੜੀ ਇਹ ਸਕੂਟੀ ਚੱਲੀ ਹੋਈ ਹੈ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਜੀ ਆਪਣੇ ਕੋਲ ਹੈ 2011 ਮਾਡਲ, 31,000 ਰੁਪੀਸ ਆਸਕਿੰਗ ਪ੍ਰਾਈਸ, PB10 ਲੁਧਿਆਣਾ ਦਾ ਨੰਬਰ, ਬਲੈਕ ਵਿੱਚ ਸਿਲਵਰ ਬਲੂ ਕਲਰ ਦੇ ਕੰਬੀਨੇਸ਼ਨ ਦੇ ਵਿੱਚ, ਕੰਡੀਸ਼ਨ ਤੁਹਾਡੇ ਸਾਹਮਣੇ ਆ।
ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਜੀ, ਆਪਣੇ ਕੋਲ ਖੜਾ ਸਪਲੈਂਡਰ 2014 ਮਾਡਲ, 41,000 ਰੁਪੀਸ ਡਿਮਾਂਡ, ਬਲੈਕ ਦੇ ਵਿੱਚ ਸਿਲਵਰ ਕਲਰ ਦਾ ਕੋਂਬੀਨੇਸ਼ਨ ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਿਲਕੁਲ ਹੀ ਬ੍ਰਾਂਡ ਨਿਊ ਕੰਡੀਸ਼ਨ 'ਚ ਜਿਹੜੀ ਬਾਈਕ ਹੈ ਉਹ ਲੱਗ ਰਹੀ ਹੈ, ਠੀਕ ਹੈ ਜੀ। ਨੈਕਸਟ ਆਪਣੇ ਕੋਲ ਆ ਰਹੀ ਹੈ ਜੀ 2013 ਮਾਡਲ, 35,000 ਰੁਪੀਸ ਆਸਕਿੰਗ ਪ੍ਰਾਈਸ, ਪਲੈਟੀਨਾ PB04 ਨੰਬਰ, ਠੀਕ ਹੈ ਜੀ। ਕੰਡੀਸ਼ਨ ਤੁਸੀਂ ਬਾਈਕ ਦੀ ਦੇਖ ਸਕਦੇ ਹੋ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਖੜਾ ਵਾ। ਪ੍ਰਾਈਜ਼ ਜਿਹੜੇ ਮੌਕੇ ਤੇ ਤੁਹਾਡਾ ਮਾਨਤਾਨ ਜਿਹੜਾ ਉਹ ਹੋ ਜਾਏਗਾ। ਇਸ ਤੋਂ ਅੱਗੇ ਆਪਣੇ ਕੋਲ ਹੈ ਜੀ PB76 2018 ਮਾਡਲ, 55,000 ਰੁਪੀਸ ਜਿਹੜੀ ਆਸਕਿੰਗ ਪ੍ਰਾਈਜ਼, ਸਿਲਵਰ ਕਲਰ ਦੇ ਵਿੱਚ ਜਿਹੜਾ ਆਪਣੇ ਕੋਲ ਸਪਲੈਂਡਰ ਹੈ ਖੜਾ ਵਾ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ। ਅੱਜ ਕੱਲ੍ਹ ਸਿਲਵਰ ਕਲਰ ਦੀ ਬਹੁਤ ਡਿਮਾਂਡ ਹੈ, ਜਿੱਦਾਂ ਤੁਹਾਨੂੰ ਪਹਿਲਾਂ ਕਿਹਾ ਸੀ। ਮਾਡਲ ਦੀ ਗੱਲ ਕਰਦੇ ਜੀ 2018 ਮਾਡਲ, 55,000 ਆਸਕਿੰਗ ਪ੍ਰਾਈਜ਼ ਹੈ। ਬਾਕੀ ਤੁਹਾਡਾ ਮੌਕੇ ਤੇ ਜੋ ਮਾਨਤਾਨ ਉਹ ਹੋ ਜਾਏਗਾ, ਤੁਸੀਂ ਆ ਕੇ ਬਾਈਕ ਦੇਖੋ, ਟਰਾਈ ਲਓ, ਠੀਕ ਹੈ ਜੀ। ਇਸ ਤੋਂ ਅੱਗੇ ਆਪਣੇ ਕੋਲ ਖੜਾ ਜੀ 2012 ਮਾਡਲ, 34,000 ਰੁਪੀਸ ਡਿਮਾਂਡ, PB08 ਜਲੰਧਰ ਦਾ ਨੰਬਰ, ਬਲੈਕ ਤੇ ਸਿਲਵਰ ਕਲਰ ਦੇ ਕੋਂਬੀਨੇਸ਼ਨ ਦੇ ਵਿੱਚ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਜਿਹੜਾ ਬਾਈਕ ਆ ਉਹ ਖੜਾ ਵਾ। ਇਸ ਤੋਂ ਅੱਗੇ ਆਪਣੇ ਕੋਲ ਹੈ ਜੀ ਸਪਲੈਂਡਰ ਪਲੱਸ 2017 ਮਾਡਲ, 50,000 ਰੁਪੀਸ ਡਿਮਾਂਡ, ਬਲੈਕ ਤੇ ਸਿਲਵਰ ਕਲਰ ਦੇ ਵਿੱਚ, PB29 ਮੋਗਾ ਦਾ ਨੰਬਰ ਹੈ ਜੀ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਜਿਹੜੀ ਬਾਈਕ ਹੈ ਉਹ ਖੜੀ ਹੈ, ਠੀਕ ਹੈ ਜੀ। ਬਲੈਕ ਸਿਲਵਰ ਕਲਰ ਦੇ ਕੋਂਬੀਨੇਸ਼ਨ ਦੇ ਵਿੱਚ, ਹੀਰੋ ਸਪਲੈਂਡਰ। ਇਸ ਤੋਂ ਅੱਗੇ ਹੈ ਜੀ ਆਪਣੇ ਕੋਲ ਪਲੈਟੀਨਾ ਮਾਡਲ ਦੀ ਗੱਲ ਕਰੀਏ ਤਾਂ ਜੀ, ਇੱਕ ਸੈਕਿੰਡ, ਆਪਾਂ ਮਾਡਲ ਦੀ ਗੱਲ ਕਰੀਏ ਤਾਂ ਜੀ ਮਾਡਲ ਹੈ PB10 ਲੁਧਿਆਣਾ ਦਾ ਨੰਬਰ ਹੈ ਜੀ। ਮਾਡਲ ਮੈਂ ਕਨਫਰਮ ਕਰ ਦਿੰਦਾ 2012 ਮਾਡਲ, 32,000 ਰੁਪੀਸ ਜਿਹੜੀ ਇਹਦੀ ਡਿਮਾਂਡ ਹੈ। ਬਜਾਜ ਦਾ ਪਲੈਟੀਨਾ ਬਲੈਕ ਸਿਲਵਰ ਕਲਰ ਦੇ ਕੋਂਬੀਨੇਸ਼ਨ ਦੇ ਵਿੱਚ ਬਾਈਕ ਦੇਖੋ ਤੁਸੀਂ, ਬਹੁਤ ਹੀ ਅੱਛੀ ਤੇ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਜਿਹੜੀ ਉਹ ਖੜੀ ਹੈ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਜੀ ਆਪਣੇ ਕੋਲ ਸੇਮ ਮਾਡਲ ਦੁਬਾਰਾ ਖੜਾ ਹੈ, PB09 ਨੰਬਰ 2012 ਮਾਡਲ, 32,000 ਰੁਪੀਸ ਡਿਮਾਂਡ, ਪਲੈਟੀਨਾ, ਠੀਕ ਹੈ ਜੀ। ਬਜਾਜ ਦਾ ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਅੱਛੀ ਕੰਡੀਸ਼ਨ ਦੇ ਵਿੱਚ ਜਿਹੜੀ ਬਾਈਕ ਆ ਉਹ ਖੜੀ ਹੈ। ਇਸ ਤੋਂ ਅੱਗੇ ਆਪਣੇ ਕੋਲ ਹੈ ਜੀ 2014 ਮਾਡਲ, 36,000 ਰੁਪੀਸ ਡਿਮਾਂਡ, PB08 ਜਲੰਧਰ ਦਾ ਨੰਬਰ, ਬਲੈਕ ਸਿਲਵਰ ਕਲਰ ਦੇ ਕੋਂਬੀਨੇਸ਼ਨ ਦੇ ਵਿੱਚ ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਅੱਛੀ ਕੰਡੀਸ਼ਨ 'ਚ ਜਿਹੜੀ ਬਾਈਕ ਆ ਉਹ ਖੜੀ ਹੈ। ਪਾਰਟ 1 ਦੀ ਲਾਸਟ ਬਾਈਕ ਹੀਰੋ ਸਪਲੈਂਡਰ 2012 ਮਾਡਲ, 37,000 ਰੁਪੀਸ ਡਿਮਾਂਡ, PB29 ਲੋਕਲ ਨੰਬਰ, ਬਾਈਕ ਦੀ ਕੰਡੀਸ਼ਨ ਤੁਸੀਂ ਜਿਹੜੀ ਉਹ ਦੇਖ ਸਕਦੇ ਹੋ, ਠੀਕ ਹੈ ਜੀ। ਸੋ ਇਹ ਤਾਂ ਸੀਗਾ ਜੀ ਪਾਰਟ 1, ਤੁਸੀਂ ਦੇਖ ਸਕਦੇ ਹੋ ਸਾਰੇ ਸਪਲੈਂਡਰ। ਇੱਧਰ ਆਪਣੇ ਕੋਲ ਸਪਲੈਂਡਰ ਦਾ ਸਟਾਕ ਤਾਂ ਅੱਜ ਬਹੁਤ ਸਾਰਾ ਸੀ, ਪਲੈਟੀਨਾ ਬਹੁਤ ਖੜੇ ਸੀਗੇ, ਡੀਲਕਸ ਖੜੇ ਸੀਗੇ, ਡੀਲਕਸ ਤੋਂ ਬਾਅਦ ਆਪਣੇ ਕੋਲ ਜਿਹੜੀ ਐਕਟਿਵਾ ਵਗੈਰਾ ਉਹ ਵੀ ਖੜੀਆਂ ਸੀ, ਠੀਕ ਹੈ ਜੀ। ਸੋ ਇਹ ਸੀਗਾ ਪਾਰਟ 1, ਇਸ ਦਾ ਪਾਰਟ 2 ਤੁਹਾਨੂੰ 1-2 ਦਿਨ ਦੇ ਵਿੱਚ ਹੀ ਮਿਲ ਜਾਏਗਾ, ਠੀਕ ਹੈ। ਸੋ ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਆਪਣੇ ਕੋਲ 15,000 ਰੁਪਏ ਤੋਂ ਜਿਹੜੀ ਸਟਾਰਟਿੰਗ ਰੇਂਜ ਸੀਗੀ, ਠੀਕ ਹੈ ਜੀ। ਬਾਈਕ ਸਾਰੇ ਮਿਕਸ ਸੈਗਮੈਂਟ ਬਾਈਕ ਆ, ਸਪਲੈਂਡਰ ਡੀਲਕਸ ਅੱਜ ਆਪਣੇ ਕੋਲ ਸਾਰਾ ਕੁਝ ਹੀ ਖੜਾ ਹੈ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।